पंजाब दे विच 15 अक्टूबर नूं पंचायती चोणां होण जा रहियां ने। उस तो पहला हाई कोर्ट ने साफ आख दिता है कि जिहड़ियां थावां ते पिंडां दे विच विवाद होया ते उत्थे पंचायती चोणां नहीं होणगियां। अजिहे दे विच पंजाब सरकार दा की पक्ष आ, इस नूं लै के साडे नाल पंजाब दे एडवोकेट जनरल गुरमिंदर सिंह जुड़ चुके ने। ਇਹ ਜੀ ਸਾਹਿਬ ਕੀ ਕਹਿਣਾ ਚਾਹੋਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ, ਤੁਹਾਡਾ ਉਸ ਤੇ ਕੀ ਰਿਐਕਸ਼ਨ? ਨਹੀਂ, ਇਹ ਜਿਹੜੀ ਪਟੀਸ਼ਨਾਂ ਦਾਇਰ ਹੋਈਆਂ ਸੀਗੀਆਂ ਇਹ ਬੇਸਿਕਲੀ ਕਾਫੀ ਇਸ਼ੂਜ਼ ਦੇ ਉੱਤੇ ਨੇ, ਰੋਂਗਫੁਲ ਐਲੀਗੇਸ਼ਨਸ ਨੇ ਅਬਾਊਟ ਨੋਮੀਨੇਸ਼ਨ ਪੇਪਰ ਰਿਜੈਕਟ ਹੋਣ ਦੇ ਤੇ ਹੋਰ ਕੁਝ। ਤੇ ਇਹਨਾਂ ਸਭ ਦੇ ਵਿੱਚ ਵੈਸੇ ਤਾਂ ਇਲੈਕਸ਼ਨ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਜਾਣੀ ਚਾਹੀਦੀ ਹੈ। ਤੇ ਅਸੀਂ ਕੋਰਟ ਕੋਲੋਂ ਟਾਈਮ ਮੰਗਿਆ ਸੀ ਵੀ ਸਾਨੂੰ ਜਵਾਬ ਫਾਈਲ ਕਰਨ ਦਾ ਟਾਈਮ ਦਿੱਤਾ ਜਾਏ ਜਿਸ ਤੋਂ ਬਾਅਦ ਕਿ ਕੇਸ ਦੇ ਉੱਤੇ ਫੈਸਲਾ ਕੀਤਾ ਜਾਏ। ਤੇ ਕੋਰਟ ਨੇ ਸਾਰੇ ਮੈਟਰ 14 ਅਕਤੂਬਰ ਦੇ ਲਈ ਰੱਖ ਦਿੱਤੇ ਹਨ ਤੇ ਇਹ ਕਿਹਾ ਹੈ ਕਿ ਵੀ 14 ਅਕਤੂਬਰ ਤੱਕ ਇਹਦੇ ਵਿੱਚ ਫਰਦਰ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਇਹ ਜਿਹੜੀਆਂ ਪੰਚਾਇਤਾਂ ਕੋਰਟ ਦੇ ਵਿੱਚ ਆ ਚੁੱਕੀਆਂ ਹਨ ਜੀ। ਇਹ ਜੀ ਸਾਹਿਬ ਜਿਸ ਤਰ੍ਹਾਂ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ, ਲੱਗਦਾ ਕਿ 14 ਤਰੀਕ ਨੂੰ ਕੋਈ ਹੱਲ ਹੋ ਸਕਦਾ? 14 ਤਰੀਕ ਨੂੰ ਕੇਸ ਰੱਖਣ ਦਾ ਕਾਰਨ ਇਹ ਹੈ ਕਿ 15 ਤਰੀਕ ਦੇ ਇਲੈਕਸ਼ਨ ਜਿਹੜੇ ਨੇ ਉਹਨਾਂ ਦੇ ਲਈ ਜਿਹੜਾ ਫਾਈਨਲ ਫੈਸਲਾ ਹੈ ਉਹ 14 ਤਰੀਕ ਨੂੰ ਕੋਰਟ ਲੈ ਸਕੇ। ਤੇ ਉਹਨਾਂ ਲੋਕਾਂ ਨੂੰ ਕੀ ਭਰੋਸਾ ਦੇਣਾ ਚਾਹੋਗੇ ਜਿਹੜੇ ਆਲਰੇਡੀ ਚੋਣ ਮੈਦਾਨ ਦੇ ਵਿੱਚ ਨੇ? ਕਿਉਂਕਿ ਇੱਕ ਪਾਸੇ ਤਾਂ ਉਹ ਦੋਹਰੇ ਮਾਈਂਡ ਦੇ ਵਿੱਚ ਹੋ ਗਏ, ਇੱਕ ਪਾਸੇ ਹਾਈ ਕੋਰਟ ਦੇ ਹੁਕਮ ਨੇ ਰੱਦ ਕਰਨ ਦੇ ਤੇ ਇੱਕ ਪਾਸੇ ਇਹ ਵੀ ਹੋ ਸਕਦਾ ਕਿ ਫੈਸਲਾ ਉਹਨਾਂ ਦੇ ਹੱਕ 'ਚ ਆ ਜਾਏ, ਉਹਨਾਂ ਨੂੰ ਕੀ ਕਹੋਗੇ? ਨਹੀਂ ਨਹੀਂ, ਹਾਈ ਕੋਰਟ ਦੇ ਰੱਦ ਕਰਨ ਦੇ ਤੇ ਕੋਈ ਹੁਕਮ ਨਹੀਂ ਹੈਗੇ। ਹਾਈ ਕੋਰਟ ਨੇ ਤਾਂ ਸਿਰਫ ਇਹ ਕਿਹਾ ਹੈ ਕਿ ਵੀ 14 ਤਰੀਕ ਤੱਕ ਕੋਈ ਨਾ ਕਾਰਵਾਈ ਕੀਤੀ ਜਾਏ, ਲੇਕਿਨ ਇਹਨਾਂ ਦੇ ਵਿੱਚ ਜਿਹੜਾ ਮੇਨ ਪ੍ਰੋਸੈਸ ਹੈ ਜਿਹੜਾ ਫਾਈਲਿੰਗ ਆਫ ਨੋਮੀਨੇਸ਼ਨ ਪੇਪਰ ਵਿਦਰੋਲ ਸਕਰੂਟਨੀ ਦਾ ਹੈ, ਉਹ ਸਾਰਾ ਕੁਝ ਹੋ ਚੁੱਕਿਆ ਹੈ ਤੇ ਇਸ ਕਰਕੇ ਹੁਣ 15 ਦੀ ਪੋਲਿੰਗ ਹੀ ਰਹਿੰਦੀ ਹੈ ਤੇ ਉਸ ਤੋਂ ਪਹਿਲਾਂ 14 ਨੂੰ ਫੈਸਲਾ ਆ ਜਾਏਗਾ। ਸਰ ਇੱਕ ਇਹ ਵੀ ਪੁੱਛਣਾ ਚਾਹਾਂਗੇ ਕਿ ਅੱਜ ਜਦੋਂ ਸੁਣਵਾਈ ਹੋਈ ਸੀ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਕੀ ਪੱਖ ਰੱਖਿਆ ਗਿਆ? ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਵੀ ਇਹ ਜਿਹੜੀਆਂ ਰਿਟਾਂ ਨੇ ਇਹ ਹਾਈ ਕੋਰਟ ਦੇ ਵਿੱਚ ਮੇਨਟੇਨੇਬਲ ਨਹੀਂ ਤੇ ਪੰਜਾਬ ਪੰਚਾਇਤੀ ਰਾਜ ਐਕਟ ਤੇ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਦੇ ਥੱਲੇ ਇਹ ਸਾਰੇ ਕੇਸਾਂ ਦੇ ਵਿੱਚ ਇਲੈਕਸ਼ਨ ਪਟੀਸ਼ਨ ਹੀ ਪੈਣੀ ਚਾਹੀਦੀ ਹੈ। ਇਸ ਕਰਕੇ ਮੈਰਿਟਸ ਦੇ ਉੱਤੇ ਫੈਸਲਾ ਜਿਹੜੀ ਡੈਜ਼ਿਗਨੇਟਿਡ ਇਲੈਕਸ਼ਨ ਟ੍ਰਾਈਬਿਊਨਲ ਹੈ ਉਹੀ ਕਰੇਗੀ, ਕਿਉਂਕਿ ਰਿਟਰਨਿੰਗ ਆਫਿਸਰ ਨੇ ਜਿਹੜੇ ਸਾਰੇ ਫੈਸਲੇ ਲਏ ਹਨ ਉਹ ਐਜ਼ ਪਰ ਰੂਲਸ ਐਂਡ ਰੈਗੂਲੇਸ਼ਨਸ ਹੀ ਲਏ ਹਨ ਤੇ ਇਹ ਡਿਸਪਿਊਟਸ ਜਿਹੜੀਆਂ ਨੇ ਹਾਈ ਕੋਰਟ ਚ ਐਂਟਰਟੇਨ ਨਹੀਂ ਹੋ ਸਕਦੀਆਂ ਜੀ। ਤਾਂ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ, ਥੈਂਕ ਯੂ।